ਸਤਿ ਸ਼੍ਰੀ ਅਕਾਲ ਜੀ, ਮੈਂ ਮਨਪ੍ਰੀਤ ਸਿੰਘ, ਤੁਸੀਂ ਦੇਖ ਰਹੇ ਹੋ ਕਾਲਜ ਟੀਵੀ। ਅੱਜ ਦੀਆਂ ਹੈਡਲਾਈਨਸ ਲੈ ਕੇ ਹਾਜ਼ਰ ਹੋਇਆ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਅੱਜ ਦੇ ਵਿਚਾਰ 'ਤੇ। ਤਜਰਬਾ ਇਨਸਾਨ ਨੂੰ ਗਲਤੀਆਂ ਤੋਂ ਬਚਾਉਂਦਾ ਹੈ, ਪਰ ਤਜਰਬਾ ਹਮੇਸ਼ਾ ਗਲਤੀਆਂ ਕਰਕੇ ਆਉਂਦਾ ਹੈ। ਇਸ ਕਰਕੇ ਕਦੀ ਵੀ ਗਲਤੀਆਂ ਤੋਂ ਪਰੇਸ਼ਾਨ ਨਾ ਹੋਇਆ ਕਰੋ। ਹੁਣ ਨਜ਼ਰ ਮਾਰਦੇ ਹਾਂ ਅੱਜ ਦੀਆਂ ਹੈਡਲਾਈਨਸ 'ਤੇ। ਪੰਜਾਬ ਦਾ ਮੌਸਮ ਵਧਾ ਸਕਦਾ ਕਿਸਾਨਾਂ ਦੀ ਚਿੰਤਾ। ਮੌਸਮ ਵਿਭਾਗ ਮੁਤਾਬਕ ਪੰਜਾਬ 'ਚ ਕਈ ਥਾਈਂ ਪੈ ਸਕਦਾ ਹੈ ਮੀਂਹ। ਹਰਿਆਣਾ 'ਚ ਐਗਜ਼ਿਟ ਪੋਲ ਗਲਤ ਹੈ ਸਾਬਤ। ਹਰਿਆਣਾ 'ਚ ਭਾਜਪਾ ਨੇ ਜ਼ਬਰਦਸਤ ਜਿੱਤ ਕੀਤੀ ਦਰਜ। 49 ਸੀਟਾਂ 'ਤੇ ਜਿੱਤ ਕੀਤੀ ਹਾਸਲ। ਜੰਮੂ ਕਸ਼ਮੀਰ 'ਚ ਕਾਂਗਰਸ ਅਤੇ ਨੈਸ਼ਨਲ ਕਾਨਫਰੰਸ ਦੇ ਗਠਜੋੜ ਨੇ ਮਾਰੀ ਬਾਜ਼ੀ। 48 ਸੀਟਾਂ ਜਿੱਤ ਕੇ ਸੱਤਾ ਕੀਤੀ ਹਾਸਲ। ਹਰਿਆਣਾ 'ਚ ਜਜਪਾ ਦਾ ਹੋਇਆ ਪੱਤਾ ਸਾਫ਼। ਦੁਸ਼ਯੰਤ ਚੌਟਾਲਾ ਦੀ ਵੀ ਜ਼ਮਾਨਤ ਹੋਈ ਜ਼ਬਤ। ਅਭੈ ਸਿੰਘ ਚੌਟਾਲਾ ਦੀ ਏਲਨਾਬਾਦ ਤੋਂ ਹੋਈ ਹਾਰ। ਅਭੈ ਦੇ ਪੁੱਤਰ ਅਰਜੁਨ ਨੇ ਰਾਣੀਆਂ ਤੋਂ ਜਿੱਤ ਕੀਤੀ ਦਰਜ। ਭੁਪਿੰਦਰ ਸਿੰਘ ਹੁੱਡਾ ਨੇ ਗੜੀ ਸਾਂਪਲਾ ਗਲੋਈ ਤੋਂ ਜਿੱਤ ਕੀਤੀ ਦਰਜ, ਪਰ ਪਾਰਟੀ ਨੂੰ ਨਹੀਂ ਦਵਾ ਸਕੇ ਜਿੱਤ। ਲਾਡਵਾ ਸੀਟ ਤੋਂ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਵੀ ਜਿੱਤ ਕੀਤੀ ਹਾਸਲ। ਵਿਰੋਧੀ ਉਮੀਦਵਾਰ ਨੂੰ 16,054 ਵੋਟਾਂ ਦੇ ਫਰਕ ਨਾਲ ਦਿੱਤੀ ਮਾਤ। ਮਨੀਸ਼ ਫਗਾਟ ਵੀ ਜਲਾਨਾ ਤੋਂ ਬਣੀ ਵਿਧਾਇਕ। ਭਾਜਪਾ ਉਮੀਦਵਾਰ ਨੂੰ 6,000 ਤੋਂ ਵੱਧ ਵੋਟਾਂ ਦੇ ਫਰਕ ਨਾਲ ਦਿੱਤੀ ਮਾਤ। ਹਰਿਆਣਾ ਕਾਂਗਰਸ ਨੇ ਹਾਰ ਨਹੀਂ ਕੀਤੀ ਸਵੀਕਾਰ। ਚੋਣ ਕਮਿਸ਼ਨ ਨੂੰ ਨਿਸ਼ਾਨਾ ਬਣਾ ਈਵੀਐਮ 'ਤੇ ਚੁੱਕੇ ਸਵਾਲ। ਆਮ ਆਦਮੀ ਪਾਰਟੀ ਦਾ ਹਰਿਆਣਾ 'ਚ ਨਹੀਂ ਖੁੱਲ੍ਹਿਆ ਖਾਤਾ। ਇੱਕ ਵੀ ਸੀਟ 'ਤੇ ਨਹੀਂ ਜਿੱਤ ਦਰਜ ਕਰ ਸਕੀ ਪਾਰਟੀ। ਉਮਰ ਅਬਦੁੱਲਾ ਨੇ ਵੀ ਰਚਿਆ ਇਤਿਹਾਸ। ਗੰਦਰਬਲ ਅਤੇ ਬਡਗਾਮ ਤੋਂ ਜਿੱਤ ਕੀਤੀ ਦਰਜ। ਆਮ ਆਦਮੀ ਪਾਰਟੀ ਦਾ ਜੰਮੂ ਕਸ਼ਮੀਰ 'ਚ ਖੁੱਲ੍ਹਾ ਖਾਤਾ। ਡੋਡਾ ਤੋਂ ਆਪ ਉਮੀਦਵਾਰ ਮਹਿਰਾਜ ਮਲਿਕ ਨੇ ਜਿੱਤ ਕੀਤੀ ਦਰਜ। ਬੀਤੇ ਦਿਨ ਬਦਲਾਅ ਤੋਂ ਬਾਅਦ ਪੰਜਾਬ ਕੈਬਨਿਟ ਦੀ ਹੋਈ ਮੀਟਿੰਗ। ਡੈਮਾਂ ਦੀ ਮੁਰੰਮਤ ਲਈ ਵਿਸ਼ਵ ਬੈਂਕ ਦਾ 283 ਕਰੋੜ ਦਾ ਕਰਜ਼ਾ ਲੈਣ ਅਤੇ ਵਾਤਾਵਰਨ ਕਲੀਅਰੈਂਸ ਦੀ ਫੀਸ ਘਟਾਉਣ ਦਾ ਕੀਤਾ ਐਲਾਨ। ਪੰਜਾਬ ਸਰਕਾਰ ਆੜ੍ਹਤੀ ਸ਼ੈਲਰ ਮਾਲਕਾਂ ਅਤੇ ਮਜ਼ਦੂਰਾਂ ਨੂੰ ਮਨਾਉਣ 'ਚ ਹੋਈ ਸਫਲ। ਬੀਤੇ ਦਿਨ ਕਈ ਮੰਡੀਆਂ 'ਚ ਝੋਨੇ ਦੀ ਖਰੀਦ ਹੋਈ ਸ਼ੁਰੂ। ਪੰਚਾਇਤੀ ਚੋਣਾਂ 'ਚ ਕਾਗਜ਼ ਰੱਦ ਹੋਣ ਵਾਲੇ ਕਈ ਉਮੀਦਵਾਰਾਂ ਨੇ ਹਾਈਕੋਰਟ ਦਾ ਕੀਤਾ ਰੁੱਖ। ਸੂਬੇ 'ਚ 3,663 ਸਰਪੰਚ ਉਮੀਦਵਾਰਾਂ ਦੇ ਕਾਗਜ਼ ਹੋਏ ਰੱਦ। ਵਿਕਰਮ ਮਜੀਠੀਆ ਨੇ ਜੈਤੋ ਦੇ ਵਿਧਾਇਕ ਅਮੋਲਕ ਸਿੰਘ ਅਤੇ ਗੈਂਗਸਟਰ ਤੋਂ ਪੈਸੇ ਲੈਣ ਦੇ ਲਾਏ ਇਲਜ਼ਾਮ। ਗੈਂਗਸਟਰ ਨਾਲ ਵਿਧਾਇਕ ਦੀਆਂ ਫੋਟੋਆਂ ਕੀਤੀਆਂ ਵਾਇਰਲ। ਪ੍ਰਧਾਨ ਮੰਤਰੀ ਮੋਦੀ ਨੇ ਭਾਰਤੀ ਹਵਾਈ ਸੈਨਾ ਦਿਵਸ ਮੌਕੇ ਦਿੱਤੀ ਵਧਾਈ। ਹਵਾਈ ਸੈਨਾ ਦੇ ਸਾਹਸ ਨੂੰ ਦੱਸਿਆ ਪ੍ਰਸ਼ੰਸਾਯੋਗ। ਸੰਤ ਸੀਚੇਵਾਲ ਨੂੰ ਪਾਰਲੀਮੈਂਟ 'ਚ ਬਣਾਈਆਂ ਜਾਂਦੀਆਂ ਸਥਾਈ ਕਮੇਟੀ 'ਚ ਮਿਲੀ ਵੱਡੀ ਜ਼ਿੰਮੇਵਾਰੀ। ਪੇਂਡੂ ਵਿਕਾਸ ਅਤੇ ਪੰਚਾਇਤੀ ਰਾਜ ਕਮੇਟੀ ਦੇ ਮੈਂਬਰ ਵਜੋਂ ਕੀਤਾ ਨਾਮਜ਼ਦ। ਸੋਨੇ 'ਚ 327 ਰੁਪਏ ਦਾ ਹੋਇਆ ਵਾਧਾ। 75,606 ਰੁਪਏ ਨੂੰ ਹੋਇਆ ਤੋਲਾ। ਚਾਂਦੀ ਦੀ ਕੀਮਤ 1,385 ਰੁਪਏ ਦੀ ਆਈ ਗਿਰਾਵਟ। 90,555 ਨੂੰ ਪ੍ਰਤੀ ਕਿਲੋ ਹੋਈ ਚਾਂਦੀ। ਪਿਆਜ਼ ਦੀਆਂ ਕੀਮਤਾਂ 'ਚ ਵਾਧਾ ਕੀਤਾ ਗਿਆ ਦਰਜ। 60 ਰੁਪਏ ਤੋਂ ਪਾਰ ਪਹੁੰਚੀ ਪਿਆਜ਼ ਦੀ ਕੀਮਤ। SGPSA ਨੇ ਰੁਮਾਲਾ ਸਾਹਿਬ ਚੜ੍ਹਾਉਣ ਨੂੰ ਲੈ ਕੇ ਨਿਯਮਾਂ 'ਚ ਕੀਤਾ ਬਦਲਾਅ। ਗੁਰਦੁਆਰਾ ਸਾਹਿਬਾਨਾਂ 'ਚ ਵਿਸ਼ੇਸ਼ ਕਾਊਂਟਰ ਬਣਾਉਣ ਦਾ ਕੀਤਾ ਐਲਾਨ। ਸੰਗਤ ਕਰਵਾ ਸਕੇਗੀ ਭੇਟਾਂ ਜਮ੍ਹਾਂ। ਭੇਟਾਂ ਨੂੰ ਸੰਗਤ ਲਈ ਵਰਤਣ ਦਾ ਲਿਆ ਫੈਸਲਾ। ਬੀਤੇ ਦਿਨ ਇੰਸਟਾਗ੍ਰਾਮ ਹੋਇਆ ਡਾਊਨ। ਯੂਜ਼ਰਸ ਨੂੰ ਪਰੇਸ਼ਾਨੀ ਦਾ ਕਰਨਾ ਪਿਆ ਸਾਹਮਣਾ। ਬੈਂਗਲੁਰੂ 'ਚ ਪੁਲਿਸ ਨੇ ਪ੍ਰਵੇਸ਼ ਨਾਂ ਦੇ ਵਿਅਕਤੀ ਨੂੰ ਕੀਤਾ ਗ੍ਰਿਫਤਾਰ। 22 ਪਾਕਿਸਤਾਨੀ ਨਾਗਰਿਕਾਂ ਦੀ ਮਦਦ ਕਰਨ ਦੇ ਪਨਾਹ ਦੇਣ ਦੇ ਤਹਿਤ ਕੀਤਾ ਕਾਬੂ। ਅੱਜ ਦੀਆਂ ਹੈਡਲਾਈਨਸ ਬਸ ਇੰਨਾ ਹੀ। ਮੈਨੂੰ ਅੱਗੇ ਧੰਨਵਾਦ।